ਹੈਲੋ ਬਾਈ ਜੀ, ਅੱਜ ਅਸੀਂ ਨਾ ਭਾਰਸੋਂ ਰੋਡ ਤੇ ਆ ਰਹੇ ਸੀ, ਉੱਥੇ ਇਹ ਬਾਈ ਮਿਲਿਆ ਸਾਨੂੰ। ਅਸੀਂ ਟਰੈਕਟਰ ਦੇਖ ਕੇ, ਇਹ ਅਨਕੰਪਲੀਟ ਟਰੈਕਟਰ ਦੇਖ ਕੇ ਅਸੀਂ ਨੇ ਇਹ ਰੋਕਿਆ ਬਾਈ, ਤੇ ਉਹਨੂੰ ਪੁੱਛਿਆ ਵੀ ਇਹ ਟਰੈਕਟਰ ਕਿਹੜਾ, ਤਾਂ ਉਹਦੇ ਦੱਸਣ ਮੁਤਾਬਕ ਇਹ ਕਰਤਾਰ ਮਸ਼ੀਨ ਵਾਲਿਆਂ ਨੇ, ਜਿਹੜੇ ਭਾਰਸੋਂ ਮਸ਼ੀਨ ਬਣਦੀ ਆ ਕਰਤਾਰ, ਉਹਨਾਂ ਨੇ ਟਰੈਕਟਰ ਤਿਆਰ ਕਰਿਆ ਤੇ ਵਧੀਆ ਕਰਿਆ ਵਾ ਟਰੈਕਟਰ ਤਿਆਰ ਆਪਣਾ। ਉਹਨਾਂ ਨੇ ਇੰਜਣ ਲਾਇਆ, ਆਹ ਇਹਦੇ ਵਿੱਚ ਹਾਈਡ੍ਰੋਲਿਕ ਸਿਸਟਮ ਲਾ ਤਾ, ਇੱਥੇ ਤੇਲ ਪੈਂਦਾ, ਅਤੇ ਆਹ ਸਟੇਅਰਿੰਗ ਦੇ ਥੱਲੇ ਇਹਨਾਂ ਨੇ ਆਰਮੀ ਡੋਲ ਲਾ ਕੇ ਤਿਆਰ ਕਰਿਆ ਪ੍ਰੈਸਰ ਸਟੇਅਰਿੰਗ। ਅਤੇ ਇਹਦੇ ਵਿੱਚ ਹੋਰ ਖਾਸੀਅਤ 14/6/28 ਦੇ ਟਾਇਰ ਨੇ ਇਹ, ਅਤੇ ਆਹ ਸਿਲੈਂਸਰ ਲਾ ਤਾ ਇਹਨਾਂ ਨੇ ਇੱਦਾਂ ਦਾ, ਬੈਟਰੀ ਮੂਹਰੇ ਕਰਤੀ ਅਤੇ ਇੱਕ ਸਕਿੰਟ ਆਹ ਬਾਈ ਜੀ, ਆਹ ਇਹਦਾ ਇਹ ਤੁਹਾਡਾ ਹੀ ਆ, ਇੱਕ ਮਿੰਟ, ਇਹ ਆਹ ਇਹਨਾਂ ਦਾ ਕੰਪਲੀਟ ਕਰਿਆ ਵਾ ਟਰੈਕਟਰ ਆ, ਦੇਖੋ ਵੀਰੇ ਇੱਕ ਮਿੰਟ, ਆਹ ਇਹਨਾਂ ਦਾ ਕੰਪਲੀਟ ਕਰਿਆ ਵਾ ਟਰੈਕਟਰ ਆ ਵੀਰੇ, ਆਹ ਦੇਖੋ ਇਹ 4x4 ਆ, ਸੋਹਣਾ ਬਣਾ। ਕਿੰਨੇ ਹਾਊਸ ਪਾਵਰ ਆ ਵੀਰੇ ਇਹ? 60 ਹਾਊਸ ਪਾਵਰ ਆ। ਤੇ ਆਹ ਗੇਅਰ, ਇਹ ਕਿਹੜੇ ਕਿਹੜੇ ਗੇਅਰ ਨੇ ਇਹਦੇ? ਅੱਛਾ, ਇੱਕ ਮਿੰਟ ਬੰਦ ਕਰੀ, 2 ਮਿੰਟ ਵਾਸਤੇ। ਹਾਂਜੀ ਦੱਸਿਓ ਹੁਣ, ਇਹ ਗੇਅਰ ਕਿੰਨੇ, ਇਹਦੇ ਗੇਅਰ ਕਿੰਨੇ ਨੇ? 12 ਗੇਅਰ ਨੇ। ਅੱਛਾ, ਬਾਰਾਂ ਮੀਡੀਅਮ। ਆਹ ਦੇਖੋ ਜੀ, ਇਹਨਾਂ ਨੇ ਲੀਵਰੇ ਬੜੇ ਲਾ ਰੱਖੇ ਨੇ ਟਰੈਕਟਰ ਦੇ। ਹੁਣ ਦੱਸੋ ਵੀਰੇ, ਇਹ ਆ ਗਿਆ ਤੁਹਾਡਾ ਖਾਸ, ਸਾਰੇ ਮੂਹਰੇ ਚੱਲਣ, ਮੂਹਰੇ ਨੂੰ ਚੱਲਣ ਵਾਲਾ ਗੇਅਰ। ਤੇ ਆਹ ਜੀ, ਆਹ ਕਾਹਦੇ ਗੇਅਰ ਨੇ ਇਹ? ਇਹ ਕਿਸੇ ਵੀ ਗੇਅਰ ਚ ਤੁਸੀਂ ਰਿਵਰਸ ਕਰ ਸਕਦੇ। ਆਹ ਇਹ ਹੋਰ, ਅੱਛਾ ਇਹ ਪੀਟੀਓ, ਗਰਾਊਂਡ ਪੀਟੀਓ। ਅੱਛਾ, ਇੱਕ ਇਹਦੇ ਨਾਲ ਪਿੱਛੇ ਪੀਟੀਓ ਸਾਫਟ ਦੇ ਗੇਅਰ ਲਾਇਆ ਤੁਹਾਨੇ? ਇੱਕ ਸਕਿੰਟ, ਇਹ ਇਹ ਕਾਹਦੇ ਵਾਸਤੇ ਵੀਰੇ? ਅੱਛਾ ਅੱਛਾ, ਇਹ 60 ਹਾਊਸ ਪਾਵਰ ਦਾ, 4x4 60 ਹਾਊਸ ਪਾਵਰ ਦਾ ਟਰੈਕਟਰ ਆ। ਉਹ ਕਿੰਨੇ ਹਾਊਸ ਪਾਵਰ ਦਾ ਇਹ? 3 ਮਾਡਲ ਬਣਾਏ ਨੇ ਹੁਣ। ਇਹਨਾਂ ਦੀ ਕੀਮਤ, ਇਹਨਾਂ ਦੀ ਕੀਮਤ ਕੀ ਰੱਖੀ ਆ? ਹੁਣ ਟ੍ਰਾਇਲ ਲਾ ਕੇ ਆਏ ਹੋ ਤੁਸੀਂ? ਆਹ ਦੇਖੋ ਜੀ ਬਾਈ ਜੀ, ਇਹ ਕੰਪਲੀਟ ਟਰੈਕਟਰ ਆ, ਆਹ ਕਰਤਾਰ ਮਾਰਕਰ, ਤੇ ਆਹ ਇੱਕ ਮਾਡਲ ਆ ਹੈ 90/36। ਇਹ ਆਹ ਬਾਈ ਕਿੰਨੇ ਹੋ, ਜਿਵੇਂ ਇਹ 90/36 ਆ, ਉਹ 90/60 ਆ? ਅੱਛਾ, ਇਹ 90/36, ਉਹ 90/60। ਅੱਛਾ, 60/36। ਦੇਖੋ ਬਾਈ ਜੀ, 4x4 ਆ ਇਹ ਵੀ, ਇਹ ਕਰਤਾਰ ਵਾਲਿਆਂ ਨੇ ਬਣਾਏ ਨੇ ਟਰੈਕਟਰ।